Just joined today only. ते I was just taking the beginning of the local SSP. Basically ਤਾਂ ਇਹ ਹੈ ਕਿ ਪੰਜਾਬ ਦੇ ਵਿੱਚ ਜਾਂ ਬਾਹਰ ਕਿਤੇ ਵੀ ਹੋਵੇ ਪੁਲਿਸ ਦੀ ਪ੍ਰਾਪਰਟੀ ਹੀ ਹੁੰਦੀ ਹੈ. ਡਰੱਗਸ, ਗੈਂਗਸਟਰਸ, ਲਾਅ ਐਂਡ ਆਰਡਰ, ਦੀਜ਼ ਆਰ ਦਾ ਪ੍ਰਾਪਰਟੀ ਏਰੀਆਜ਼. ਵੀ ਵਿਲ ਵਰਕ ਔਨ ਦੈਟ ਟੁਗੈਦਰ. ਵੀ ਆਰ ਵਰਕਿੰਗ ਟੁਗੈਦਰ ਆਲਸੋ. ਤੁਹਾਨੂੰ ਕੀ ਲੱਗਦਾ, ਤੁਹਾਨੂੰ ਵੀ ਕੀ ਨਵਾਂ ਤੁਸੀਂ ਇੱਥੇ ਕਰਨਾ ਚਾਹੋਗੇ, ਜਿਸ ਤਰ੍ਹਾਂ ਦਾ ਇੰਨਾ ਵੱਡਾ ਐਕਸਪੀਰੀਅੰਸ ਹੈ? ਨਵਾਂ ਤਾਂ ਇਹ ਹੁੰਦਾ ਕਿ ਯੂ ਹੈਵ ਟੂ ਹੈਵ ਅੰਡਰਸਟੈਂਡਿੰਗ ਦਾ ਪੀਪਲ, ਉਹਨਾਂ ਦੀ ਪ੍ਰੋਬਲਮ ਸੋਲਵ ਕਰਨੀ ਆ ਐਟ ਦ ਅਰਲੀਸਟ ਪੋਸੀਬਲ. ਸੈਕਿੰਡ, ਐਕਸਪੀਡੇਟ ਦਾ ਇਨਵੈਸਟੀਗੇਸ਼ਨ. ਦੈਨ ਆਪ ਜਿਹੜੇ ਨਵੇਂ ਗੈਂਗਸਟਰ ਹੈ, ਲਾਅ ਐਂਡ ਆਰਡਰ ਹੈ, ਫਿਰ ਡਰੱਗਸ ਦੀ ਜਿਹੜੀ ਪ੍ਰੋਬਲਮ ਹੈ, ਵੀ ਆਰ ਵੈਰੀ ਕਲੀਅਰ ਇੰਸਟਰਕਸ਼ਨ ਫੋਰ ਦਾ ਹੈੱਡਕੁਆਰਟਰਸ ਆਲਸੋ. ਕੋਸ਼ਿਸ਼ ਕਰਾਂਗੇ ਜਿੰਨੀ ਜਲਦੀ ਜਿੰਨਾ ਆਸਾਨੀ ਨਾਲ ਇਹਨੂੰ ਕਰ ਸਕੀਏ, ਔਰ ਲੋਕਾਂ ਦੇ ਜਿਹੜੇ ਕੋਈ ਪ੍ਰੋਬਲਮ ਹੈ ਉਹਨਾਂ ਨੂੰ ਜਿੰਨੀ ਜ਼ਿਆਦਾ ਸੋਲਵ ਕਰ ਸਕੀਏ. ਦੈਟ ਦੀਜ਼ ਆਰ ਦਾ ਪ੍ਰਾਇਰਟੀ ਏਰੀਆਜ਼. ਬਾਕੀ ਇਸ ਤਰ੍ਹਾਂ ਕਿ ਪ੍ਰੋਬਲਮਸ ਕੀ ਕੌਣ ਚੇਂਜ ਹੋ ਪੀਰੀਅਡ ਆਫ ਟਾਈਮ, ਕਿ ਅੱਜ ਪ੍ਰੋਬਲਮ ਹੋ ਰਿਹਾ, ਕੱਲ੍ਹ ਨੂੰ ਕੋਈ ਹੋ ਰਿਹਾ, ਪਰਸਨ ਨੂੰ ਕੋਈ ਹੋ ਰਿਹਾ, ਵੀ ਆਰ ਦਾ ਫਾਇਰ ਫਾਈਟਰਸ, ਵੀ ਆਰ ਦਾ ਫਸਟ ਰਿਸਪੋਂਡਰਸ ਟੂ ਐਨੀ ਕਾਈਂਡ ਆਫ ਪ੍ਰੋਬਲਮ. ਬਿਲਕੁਲ ਨਿਤ ਨਵਾਂ ਚੈਲੰਜ ਹੈ ਜੀ. ਇੱਥੇ ਜਿਹੜਾ ਹੈਗਾ ਐਸਪੀਸ ਦੀਆਂ ਪੋਸਟਿੰਗਸ ਬੜੀਆਂ ਕਰ ਦਿੱਤੀਆਂ ਜਾਂਦੀਆਂ. ਉਹ ਮੈਂ ਹੁਣੇ ਗੱਲ ਕਰਕੇ ਹਟਿਆ, ਵਿਲ ਗੈਟ ਨਿਊ ਪੋਸਟਿੰਗ ਫਰੋਮ ਦਾ ਡੀਜੀ ਸਾਹਿਬ. ਐਂਡ ਪਹਿਲਾਂ ਵੀ ਮੈਂ ਇੱਥੇ ਐਸਐਸਪੀ ਮਾਨਸਾ ਰਿਹਾ ਹੈਗਾ, ਤੋ ਇਸ ਏਰੀਆ ਦੀ ਕਲਚਰ ਦਾ, ਲੋਕਾਂ ਦਾ ਉੱਠਣ ਬਹਿਣ ਦਾ, ਕਿੱਦਾਂ ਦਾ ਕ੍ਰਾਈਮ ਹੈਗਾ, ਆਈ ਹੈਵ ਲਿਟਲ ਬਿਟ ਆਫ ਫੀਲ ਅਬਾਊਟ ਦੈਟ. ਨੋਟ ਇਨ ਬਠਿੰਡਾ, ਬਟ ਆਈ ਹੈਵ ਆਲਰੇਡੀ ਸਰਵਡ ਇਨ ਮਾਨਸਾ. ਤੋ ਸ਼ੁੱਡ ਨੋਟ ਬੀ ਪ੍ਰੋਬਲਮ. ਥੈਂਕ ਯੂ ਸੋ ਮਚ, ਐਂਡ ਆਈ ਵਿਸ਼ ਦ ਬੈਸਟ ਫੋਰ ਦ ਮੀਡੀਆ ਐਜ਼ ਵੈਲ ਐਜ਼ ਦ ਪੀਪਲ ਆਫ ਦ ਬਠਿੰਡਾ ਰੇਂਜ.